ਗੁਰੈਮ ਵਿਖੇ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਬਲੱਡ ਸੇਵਾ ਦੇ 32 ਸਾਲਾ ਮੈਂਬਰ ਵਿਨੇ ਕੁਮਾਰ ਜੋ ਕਿ 2 ਦਿਨ ਪਹਿਲਾਂ ਹੀ ਉੱਤਰਾਖੰਡ ਤੋਂ ਵਾਪਸ ਆਇਆ ਸੀ ਕਿ ਬੀਤੀ ਰਾਤ ਉਹ ਜਦੋਂ ਘਰ ਵਿੱਚ ਲੱਗੇ ਕੂਲਰ ਨੂੰ ਬੰਦ ਕਰਨ ਲੱਗਾ ਤਾਂ ਉਸ ਨੂੰ ਅਚਾਨਕ ਜ਼ੋਰਦਾਰ ਕਰੰਟ ਲੱਗ ਗਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹੀ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਅੱਜ ਸਮਾਜ ਸੇਵੀ ਵਿਨੇ ਕਈ ਜੀ ਆਪਣੇ ਵਿੱਚ ਨਹੀਂ ਰਹੇ। ਇਸ ਵਿੱਚ ਉਹਨਾਂ ਦੇ ਪਰਿਵਾਰ ਨੇ ਅੱਖਾਂ ਦਾਨ ਕੀਤੀਆਂ ਦੁੱਖ ਦੀ ਘੜੀ ਦੇ ਵਿੱਚ। ਅਸੀਂ ਪੁਨਰਜੋਤ ਆਈ ਬੈਂਕ ਸੁਸਾਇਟੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬੜੇ ਦੁੱਖ ਦੀ ਗੱਲ ਹੈ, ਸਾਡੇ ਵੀਰ ਬਿਨੇ ਕਈ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਰਾਤ ਅਚਨਚੇਤ ਕਰੰਟ ਲੱਗਣ ਨਾਲ ਉਹਨਾਂ ਦੀ ਐਟ ਦਾ ਸਪੋਟ ਦੀ ਡੈਥ ਹੋ ਗਈ। ਇਹ ਸਾਨੂੰ ਸਭ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਪਿਆ, ਗੁਰੈਮ ਬਲੱਡ ਸੇਵਾ ਦੀ ਪੂਰੀ ਟੀਮ ਨੂੰ, ਖਾਸ ਕਰ ਉਹਨਾਂ ਦੀ ਫੈਮਿਲੀ ਨੂੰ, ਕਿਉਂਕਿ ਉਹਨਾਂ ਦੇ ਛੋਟੇ ਛੋਟੇ ਬੱਚੇ ਹੈ ਔਰ ਉੱਤਰਾਖੰਡ ਉਹ ਜੋਬ ਕਰਦਾ ਸੀ, ਸਿਰਫ 2 ਦਿਨ ਹੀ ਹੋਏ ਸੀ ਹਲੇ ਇੱਥੇ ਆਏ ਨੂੰ। ਔਰ ਮੈਂ ਵਾਹਿਗੁਰੂ ਅੱਗੇ ਅਰਦਾਸ ਕਰੂੰਗਾ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਔਰ ਜਿੰਨੀਆਂ ਸਾਡੀਆਂ ਬਲੱਡ ਦੀਆਂ ਐਨ ਜੀ ਓਜ਼ ਹੈ ਉਹਨਾਂ ਵੱਲੋਂ ਬੜਾ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਸਾਰਿਆਂ ਵੱਲੋਂ। ਔਰ ਮੈਂ ਪਰਿਵਾਰ ਨੂੰ ਬੇਨਤੀ ਕਰਾਂਗਾ ਕਿ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ, ਜਦੋਂ ਵੀ ਸਾਡੀ ਜ਼ਰੂਰਤ ਪੈਂਦੀ ਹੈ ਪਰਿਵਾਰ ਦਾ ਹਿੱਸਾ ਦੇ ਨਾਲ।